अस्सलामुअलैकुम। बाबा जी की इन की बोल दे हो? खरास ही। खरास बोल दे हो? मसलन ए की है, ए की चीज है, इनू की कहंदे? ओ गादी आ ते ए गार्डन रख्या होया वा। अच्छा अच्छा। ते आ ए पत्थर वा। अच्छा आ जड़े। सही है। हां जी। ते ओ अगे पंजाली वगैरह? हां जी। सही है। पंजालियां च टग्गे वगैरह जो के ते फिर ਕਿੰਨੀ ਦੇਰ ਚ ਤਕਰੀਬਨ ਮਾਨਕੂ ਕਣਕ ਪਿਆਣੀ ਹੋਏ ਕਿੰਨਾ ਟਾਈਮ ਲੱਗਦਾ? 1 ਘੰਟਾ ਮਤਲਬ ਉਹ ਤੇ ਟੱਗਿਆਂ ਦੇ ਸਿਰ ਤੇ ਜਿੱਦਾਂ ਦੇ ਡੰਗਰ ਵਗਣੇ ਵਾਲੇ ਹੋਣ। ਅੱਛਾ। ਹਾਂਜੀ। ਮਸਲਨ ਕਿੰਨਾ ਟਾਈਮ ਹੋਈ ਤੁਸੀਂ ਲਾਉਂਦੇ? ਘੰਟੇ ਦੇ ਵਿੱਚ ਬੋਰਾ ਕੱਢ ਜਾਂਦੇ ਆ। ਘੰਟੇ ਦੇ ਵਿੱਚ ਮਾਨਕ ਨਿਕਲ ਜਾਂਦਾ ਦਾਣੇ ਜਿਹੜੇ ਹਨ। ਸਹੀ। ਤੇ ਇਹਦਾ ਆਟਾ ਕਾਫੀ ਅੱਛਾ ਹੁੰਦਾ ਦੂਜਾ ਮਸ਼ੀਨਰੀ ਆਟਾ ਨਾਲ? ਬਿਲਕੁਲ ਬਿਲਕੁਲ। ਹਾਂਜੀ। ਇਹਦੇ ਵਿੱਚ ਦਾਲ ਮਤਲਬ ਦਾਲਾ ਦਾਲਾ ਬਰੀਕ ਪੀਲਾ ਜਿੱਦਾਂ ਦਾ ਮਰਜ਼ੀ ਕਰੀ ਜਾ ਉਦੋਂ ਨੇ। सही सही सही। ठीक। तो नाज़रीन ये देख सकते हैं आप, ये खरास है, ये भी एक पंजाब की रवायत है और ये अभी काफ़ी हद तक ख़त्म हो चुकी है, लेकिन ये बाबा जी बता रहे हैं कि मैं अपने शौक़ के तौर पर ही अभी रखी हुई है। अच्छा। लाता। सही है। मुकामी लोग ने खरास वगैरा तो गंदम पियांदे ने या अगे पींदे सी? हुण ढग्गा ही किसे कोई नहीं गा, आ ढग्गे साडे कोई दो घरां को बस। अच्छा अच्छा। हां जी। सही है। अपना पीन लई तुहां अपना रख्या है, शौकिया तौर ते तुहां रख्या है। सही है। ते तुसीं जदों जवान हुंदे होदों ते काफी हुंदे होणे ने खरासां? उदों ते इत्थे वारी नहीं सी आउंदी ढग्गियां दे उत्ते, जोग दे उत्ते जोग आ जाणी, किसे ने कहणा मेरी वारी है, दूसरे ने कहणा मेरी वारी आ। अच्छा अच्छा। हां जी। हुण कुछ खतम हो गया? हुण मतलब दुनिया रवाज ही खतम हो गया, ढग्गे मुक गए। सही 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 सही। अगे रेहड़ियां दे हाली कीते होए आला ले खैर साला। ਤੇ ਗਾਰੀ ਮਿਲਦਾ ਜਦੋਂ। ਹਾਂਜੀ।
ਤੇ ਗੇਅਰ ਇਹ ਥੱਲੇ ਲੱਗਾ ਸਹੀ ਹੈ ਕੀ ਕੋਈ ਇਹਦੇ ਗੇਅਰ ਦਾ ਗਰਾਰੀ ਦਾ ਨੰਬਰ ਵਗੈਰਾ ਹੁੰਦਾ ਕੀ ਸਿਸਟਮ ਨਹੀਂ ਨਹੀਂ ਕੋਈ ਨਹੀਂ ਹੁੰਦਾ ਕੋਈ ਨਹੀਂ ਬਾਹਰ ਤੋਂ ਗੇਅਰ ਸਹੀ ਹੈ ਸਹੀ ਔਰ ਆਮ ਜਿਹੜੇ ਹੈ ਨਾ ਮਿਸਤਰੀ ਆ ਲੋਹਾ ਇਹ ਬਣੇ ਹੋਏ ਆ ਅੱਛਾ ਹਾਂਜੀ ਸਹੀ ਹੈ ਕੀ ਕਾਰੀਗਰ ਕੀ ਕਹਿੰਦਾ ਸੀ ਉਹ ਕਹਿੰਦੇ ਸੀ ਮਤਲਬ ਜਿਹੜੀਆਂ ਗੁੱਲੀਆਂ ਵਾਲੀ ਗਰਾਰੀ ਆ ਉਹ ਮਤਲਬ ਕੋਈ 2-4 ਸਾਲ ਕੱਢਦੀ ਆ ਅੱਛਾ ਇਹ ਹੁਣ ਮਤਲਬ ਜਿਹੜੀ ਹੈਗੀ ਆ ਇਹ ਆਪਣੀ ਪਲੇਟ ਲੈ ਕੇ ਇੰਨੀ ਮੋਟੀ 2 ਇੰਚੀ ਜਾਂ 3 ਇੰਚੀ ਉਹਨੇ ਕਟਰ ਨਾਲ ਇਹਦੀ ਕਟਾਈ ਕਰਕੇ ਫਿਰ ਬਣਾ ਕੇ ਮੈਨੂੰ ਦਿੱਤੀ ਸੀ ਬੜੇ ਸ਼ੌਕ ਨਾਲ ਸਹੀ ਹੈ ਤੁਸੀਂ ਆਪਣੇ ਸ਼ੌਕ ਨਾਲ ਬਣਵਾਏ ਹਾਂਜੀ ਸਹੀ ਹੈ ਸਹੀ ਹੈ ਸਟਅਪ ਤੁਸੀਂ ਆਪਣਾ ਢੱਗਿਆਂ ਵਾਲਾ ਹੀ ਰੱਖੇ ਆ ਪਹਿਲੀ ਛਾਲੀ ਵੀ ਤੁਸੀਂ ਢੱਗਿਆਂ ਨਾਲ ਹੀ ਬੰਨਦੇ ਹੋ ਦੂਜਾ ਖਰਾਸ ਵਗੈਰਾ ਵਾਲਾ ਸਿਸਟਮ ਹੀ ਹੈ ਤੁਹਾਡੇ ਕੋਲ ਬਿਲਕੁਲ ਆ ਜਿਹੜਾ ਵੇਲਣਾ ਇਹ ਸੀ ਜ਼ਰੂਰ ਫਿੱਟਰ ਤੇ ਕੀਤਾ ਨਹੀਂ ਤੇ ਇਹ ਵੀ ਅਗਰ ਢੱਗਿਆਂ ਦੇ ਚੱਲਦਾ ਸੀ ਹਾਂਜੀ ਸਹੀ ਤੇ ਉਹ ਦੂਜਾ ਕਮਾਦ ਵਾਲਾ ਵੀ ਤੁਸੀਂ ਗੇਅਰ ਸ਼ੇਅਰ ਰੱਖਿਆ ਵੇਲਣਾ ਵਗੈਰਾ ਸਹੀ ਹੈ ਕੱਚੀ ਬਾਦੀ ਨੀ ਆਉਂਦੀ ਅਲੱਗ ਤਾਂ ਖਿੱਚੀ ਦਾੜੀ ਦੇ ਅਗਲੇ ਪਾਸੋਂ ਕੱਚੀ ਬਾਦੀ ਜਿਹਦੇ ਵਿੱਚ ਕੱਚੇ ਮਕਾਨ ਜ਼ਿਆਦਾ ਹੋਵੇ ਨਾ ਉੱਥੇ ਜਾਣਾ ਹੈ ਹਾਂ ਤਸਵੀਰਾਂ ਲੈਣੀਆਂ ਕੱਚਿਆਂ ਮਕਾਨਾਂ ਦੀਆਂ ਪੜ੍ਹੇ ਲਿਖੇ ਹੋ ਇੱਧਰ ਰੁਕਣਾ ਨਹੀਂ
जाना ही नहीं। दरबार खला है ना,